ਅਮਨ ਰਾਮਗੜੀਆ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਹੁਣ ਅਮਨ ਦਾ ਦਰਦ ਝਲਕਿਆ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਨੀ ਸੇਠੀ ਦੀ ਵਾਈਫ। ਉਹਨਾਂ ਦੀ ਮੈਡੀਸਨ ਚੱਲਦੀ, ਉਹਨਾਂ ਦਾ ਦਿਮਾਗ ਖੋਖਲਾ ਹੋਇਆ ਪਿਆ। ਬੁੱਧੀ ਹੋਵੇਗੀ ਕਿ ਅਸੀਂ ਸਿੰਮੀ ਪਰਮ ਦਾ ਹੀ ਜਲੂਸ ਕੱਢਿਆ? ਨਹੀਂ, ਇਹਨੇ ਮੇਰੇ ਦੋਨੋਂ ਫੈਮਲੀਆਂ ਦਾ ਜਲੂਸ ਕੱਢਿਆ ਆ। ਲਾਈਕ ਮੈਂ ਬਹੁਤ ਮਿਸ ਕਰਦੀ ਹਾਂ ਵੀ ਜੇ ਮੇਰੇ ਪਾਪਾ ਹੁੰਦੇ ਨਾ, ਸ਼ਾਇਦ ਮੇਰੇ ਫੋਨ ਤੇ ਵੀ ਮੇਰੇ ਪਾਪਾ ਦਾ ਫੋਨ ਆਉਂਦਾ। ਤੂੰ ਡਰਦੀ ਪਰ ਹੁਣ ਉਹਨੂੰ ਨਾ ਡਰ ਜਾ ਰਿਹਾ ਨਹੀਂ ਹੈਗਾ। ਓ ਮਾਤਾ ਜੀ, ਟੈਨਸ਼ਨ ਨਹੀਂ ਲੈਣੀ, ਡਰ ਤੇ ਜੀ ਧੁਮੀ ਤੱਕ ਪਹੁੰਚਾ ਦਾਂਗੇ ਅਸੀਂ। ਬਸ ਰਿਲੈਕਸ ਹੋ ਜਾਓ, ਆ ਗਏ ਤੁਹਾਡੇ ਮੁੰਡੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਕੁੱਤੇ ਖਾਣੀ ਦੇ ਵਿੱਚ। ਐਂਟਰੀ ਅੱਛੀ ਹੈ ਲੇਕਿਨ ਬੈਠਣੇ ਕਾ ਤਰੀਕਾ ਅਭੀ ਬੜਾ ਕੈਜੂਅਲ ਹੈ। ਠੀਕ ਹੈ ਚਾਚਾ ਜੀ, ਅੱਗੇ ਤੁਹਾਡਾ ਬਹਿ ਜਾ ਕਰਾਂਗੇ। ਐ ਦੇਖੋ ਕੈਸਾ ਪੋਚ ਹੈ ਮੇਰਾ। ਜਦ ਤੁਸੀਂ ਮੈਨੂੰ ਗੱਲਾਂ 'ਚ ਲਾ ਲਿਆ, ਆਪਾਂ ਵਧੀਆ ਮੁੱਦੇ ਵਾਲ, ਇਹ ਤਾਂ ਹੈ ਹੀ ਵਿਹਲੜ, ਕਦੀ ਕਿਸੇ 'ਚ ਨੁਕਸ ਕੱਢ ਦਿੰਦਾ, ਕਦੀ ਕਿਸੇ 'ਚ। ਹਾਂਜੀ, ਆਪਾਂ ਵੀ ਨੁਕਸ ਕੱਢੀਏ ਅੱਜ ਲੋਕਾਂ ਦੇ ਵਿੱਚ। ਲਓ ਜੀ ਮੁੰਡੇ ਦਾ ਪਹਿਲੀ ਕਲਿੱਪ। ਇੰਸਟਾਗ੍ਰਾਮਰ ਅਮਨ ਰਾਮਗੜੀਆ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਹੁਣ ਅਮਨ ਦਾ ਦਰਦ ਝਲਕਿਆ ਹੈ। ਮੇਰੇ ਦੋਸਤ ਦਾ ਵੀ ਦਰਦ ਝਲਕਿਆ। ਮੈਂ ਸਾਲੇ ਨੂੰ ਅਮਨ ਰਾਮਗੜੀਆ ਦੀ ਵੀਡੀਓ ਸੈਂਡ ਕੀਤੀ, ਅੱਗੋਂ ਮੈਨੂੰ ਕਹਿੰਦਾ ਭਗਵਾਨ ਕਸਮ ਕਿਆ ਪ੍ਰੋਗਰਾਮ ਦਿਖਾ ਦਿਆ ਤੂੰ। ਨਾ ਕਰਿਆ ਕਰੋ ਕਿਸੇ ਦੀ ਵੀਡੀਓ ਸ਼ੀਡੀਓ ਲੀਕ, ਕਿਸੇ ਸਿਆਣੇ ਬੰਦੇ ਨੇ ਬਹੁਤ ਖੂਬਸੂਰਤ ਲੈਣਾ ਕਹੀਆਂ ਸਨ। ਮੰਨ ਲਓ ਤੁਹਾਡੀ ਭੈਣ ਆ, ਉਹਦਾ ਵਿਆਹ ਹੋ ਗਿਆ, ਤੁਹਾਨੂੰ ਪਤਾ ਤੁਹਾਡਾ ਜੀਜਾ ਤੁਹਾਡਾ ਕੀ ਕਰਦਾ, ਤੁਹਾਡੀ ਭੈਣ ਨਾਲ ਵੀਡੀਓ ਬਣਾ ਰਿਹਾ, ਨਹੀਂ ਬਣਾ ਰਿਹਾ ਜਾਂ ਕੀ ਕਰ ਰਿਹਾ? ਭੈਣ ਅੰਨੀ ਦੇ ਉਹ ਵਿਆਹ ਕੇ ਗਈ ਹੁੰਦੀ ਏ, ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਸਾਡੀ ਕੁੜੀ ਦੇ ਸੁਹਾਗਰਾ। ਤੇ ਅਮਨ ਜਦੋਂ ਹੋਟਲ 'ਚ ਗਈ, ਕਿਹਨੂੰ ਪਤਾ ਸੀ? ਇਹਦੀ ਮਾਂ ਨੂੰ ਪਤਾ ਸੀ ਤੇ ਪਿਓ ਨੂੰ ਪਤਾ ਸੀ ਤੇ ਭਰਾ ਨੂੰ ਪਤਾ ਸੀ ਵੀ ਸਾਡੀ ਕੁੜੀ ਦੇ ਸੁਹਾਗਰਾ ਤੇ। ਕੈਸੀਆਂ ਘੂਸੀਆਂ ਦੱਤਾ ਸਾਹਿਬ ਤੁਸੀਂ ਭੋਰਦੇ ਰਹਿੰਦੇ ਹੋ। ਭੈਣ ਇੱਕ ਲੀਗਲ ਤੌਰ 'ਤੇ ਵਿਆਹ ਕੇ ਗਈ ਹੁੰਦੀ ਏ, ਇਹ ਪੈਸੇ ਲੈ ਕੇ ਜਾਂਦੀ ਆ। ਮੈਂ ਨੀ ਕਹਿ ਰਿਹਾ, ਤੂੰ ਕਹਿ ਰਿਹਾ ਆਪਣੀ ਵੀਡੀਓ 'ਚ। ਚੈੱਕ ਕਰੋ ਅਮਨ ਰਾਮਗੜੀਆ, 5000 ਰੁਪਏ ਮੰਗਣ ਨੇ ਮੈਨੂੰ, ਪਲੀਜ਼ ਪਾ ਦੇ, ਮੈਨੂੰ ਚਾਹੀਦਾ। ਅੱਜ ਤੂੰ ਇਹਨਾਂ ਨਾਲ ਬਹਿ ਗਿਆ ਤੇ ਤੂੰ ਇਹਨਾਂ ਦੀ ਸਾਈਡ ਲੈਣ ਲੱਗ ਪਿਆ ਵੇ। ਮੈਨੂੰ ਲੱਗਦਾ ਤੈਨੂੰ ਵੀ ਇਹਨੇ ਦੇ ਦਿੱਤੀ ਮਾੜੀ ਮੋਟੀ, ਆ ਜਿਹੜੀ ਤੂੰ ਸਾਈਡ ਲੈਣ ਡਿਆ ਵੇ। ਤੂੰ ਹੀ ਨਾ ਮੇਰਾ ਭਰਾ, ਇੱਦਾਂ ਨਹੀਂ ਕਰੀਦਾ ਹੁੰਦਾ ਉਸਤਾਦ। ਤਾਂ ਹੀ ਤੈਨੂੰ ਲੋਕ ਫਿਰ ਕਮੈਂਟਾਂ 'ਚ ਕਹਿੰਦੇ ਦੋਗਲਾ। ਕਿਉਂ ਕਹਿੰਦੇ ਮੇਰਾ ਭਰਾ? ਕਿਉਂਕਿ ਮੈਂ ਚੂਤੀਆ ਹੂੰ, ਮੇਰਾ ਦਿਮਾਗ ਚੂਤੀਆ ਹੈ। ਹੁਣ ਆ ਜਾਓ ਅਮਨ ਤੇ। ਅਮਨ ਨੇ ਕਿਹਾ ਕਿ ਕਿਵੇਂ ਲਗਾਤਾਰ ਇਸ ਦੇ ਚੱਲਦੇ ਉਹ ਡਿਪਰੈਸ਼ਨ ਦੇ ਵਿੱਚ ਜਾ ਰਹੀ ਹੈ, ਔਰ ਉਸਦੇ ਪਰਿਵਾਰ ਦੇ ਉੱਤੇ ਇਸ ਨੂੰ ਲੈ ਕੇ ਕੀ ਬੀਤ ਰਹੀ ਹੈ, ਤਾਂ ਇਸ ਬਾਰੇ ਵੀ ਨਹੀਂ ਸੋਚਿਆ ਗਿਆ। ਪਰਿਵਾਰ ਬਾਰੇ ਅਸੀਂ ਸੋਚਣਾ ਸੀ, ਇਹ ਤੇ ਤੂੰ ਸੋਚਣਾ ਸੀ ਰੇਟ ਮਕਾਨ ਲੱਗਿਆ। ਤੂੰ ਕਹਿਣਾ ਸੀ ਨੋ ਕਿਹਾ ਹੈ ਮੇਰਾ, ਓਨਲੀ ਘੋੜੀ ਸਕਿੰਗ ਫਕਿੰਗ ਜਸਟ ਬਟ ਨੋ ਰਿਕਾਰਡਿੰਗ। ਉਹਨੇ ਫੋਨ ਲਾ ਕੇ ਕਿਹਾ ਹੋਣਾ ਪੈਸੇ ਕੀ ਕਮੀ ਨਹੀਂ ਉਹਨੇ ਦੂੰਗਾ, ਤੇ ਇਹਨਾਂ ਦਾ ਲਿੰਡਾ ਫੁੱਲ ਗਿਆ। ਹਾਏ ਮੋਟੀ ਸਾਮੀ ਆਈ, ਮੋਟੀ ਸਾਮੀ, ਤੇ ਉਹ ਮੋਟੀ ਸਾਮੀ ਨੇ ਐਸਾ ਮੋਟਾ ਡੋਡਾ ਇਹਨਾਂ ਦੇ ਅੰਦਰ ਵਾੜਿਆ ਨਾ, ਇਹ ਹੁਣ ਵੱਡੇ ਵੱਡੇ ਚੈਨਲਾਂ ਦੀਆਂ ਮੋਟੀਆਂ ਮੋਟੀਆਂ ਸੁਰਖੀਆਂ ਬਣ ਗਈਆਂ। ਇਹ ਤਾਂ ਲੇਟੈਸਟ ਨਿਊਜ਼ ਹੈ। ਨਹੀਂ, ਐਡੀ ਵੀ ਕੋਈ ਲੇਟੈਸਟ ਨਿਊਜ਼ ਨਹੀਂ ਹੈ, 3-4 ਦਿਨ ਪੁਰਾਣੀ ਹੈ ਲੇਟੈਸਟ ਨਿਊਜ਼। ਹੁਣ ਤੁਹਾਨੂੰ ਮੈਂ ਸੁਣਾਵਾਂ, ਥੋੜੇ ਕੁ ਦਿਨ ਪਹਿਲਾਂ ਹਨੀ ਸੇਠੀ ਭਾਜੀ ਬਾਜ਼ਾਰ ਦੇ ਵਿੱਚ ਇੱਕ ਢੋਲ ਬੰਦਾ ਵਜਾ ਰਿਹਾ ਸੀ, ਉਹਨੂੰ ਰੋਕ ਰਹੇ ਸੀ। ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਢੋਲ ਵਜਾਉਣ ਵਾਲੀ ਕਿਹੜੀ ਗੱਲ, ਮੈਨੂੰ ਜਵਾਬ ਦੇ ਕੇ ਜਾ, ਮੈਂ ਤਾਂ ਵਿਹਲੜ ਆ। ਵਿਹਲੜ ਜਪਾਨੀ ਸੁਮੋ ਤੇ ਚਾਰ ਚਪੇੜ ਆਪਣੇ ਭਰਾ ਦੇ ਲਾ ਦੇ, ਜਿਹੜਾ ਮੈਲੀ ਅੱਖ ਰੱਖੀ ਫਿਰਦਾ ਤੇਰੀ ਘਰ ਵਾਲੀ ਤੇ। ਹਨੀ ਸੇਠੀ ਦੀ ਵਾਈਫ, ਇਹਦੇ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਗੰਦੀ ਬਦਤਮੀਜ਼ੀ ਕੀਤੀ ਹੈ। ਤੇ ਸਾਰੀ ਗੱਲ ਭਾਬੀ ਜੀ ਨੇ ਹਨੀ ਸੇਠੀ ਨੂੰ ਦੱਸੀ? ਹਨੀ ਸੇਠੀ ਦਾ ਕੀ ਫਰਜ਼ ਸੀ ਕਿ ਆਪਣੇ ਭਰਾ ਕੋਲ ਜਾਂਦਾ ਤੇ ਚਾਰ ਚਪੇੜਾਂ ਛੱਡਦਾ? ਪਰ ਨਹੀਂ, ਹਨੀ ਸੇਠੀ ਭਾਜੀ ਨੇ ਪਤਾ ਕੀਤਾ, ਭਾਬੀ ਉਹਨੂੰ ਗੱਲਾਂ ਸੁਣਾ ਰਹੀ ਹੈ ਤੇ ਇਹ ਫੁੱਦੂ ਅਗੂ ਕਹਿੰਦਾ ਆਮ ਨਾਟ ਇੰਟਰਸਟਿਡ ਯਾਰ, ਮੈਨੂੰ ਸੁਣਨਾ ਹੀ ਨਹੀਂ ਹੈ। ਲੈ ਸੰਡਾ ਗੱਲ ਹੀ ਨਹੀਂ ਸੁਣਦਾ ਇਹ ਭਾਬੀ ਜੀ, ਚੱਕਰ ਕੀ ਇਹਦਾ? ਬਾਹਰ ਤੇ ਨਹੀਂ ਕੋਈ ਅਫੇਅਰ ਚੱਲਦਾ ਪਿਆ? ਹਨੀ ਨੇ ਮੈਡਮਾਂ ਰੱਖੀ ਹੋਈ ਹੈ, ਉਹਦੇ ਚੋਂ ਇੱਕ ਮੈਡਮ ਦੀ ਹਨੀ ਨਾਲ ਸੈਟਿੰਗ ਸੀਗੀ। ਸਾਲੀ ਮੋਬਾਈਲ ਦੀਆਂ ਸੈਟਿੰਗਾਂ ਨੂੰ ਕਰਨੇ ਨਹੀਂ ਆਉਂਦੀਆਂ, ਕੁੜੀ ਸੈੱਟ ਕਰੀ ਫਿਰਦਾ ਵੇਖੋ ਗੈਂਡਾ। ਥੋੜੀ ਮਰਿਆਦਾ ਰੱਖੀਏ ਤੇ ਇਹੀ ਮਰਿਆਦਾ ਆਪਣੇ ਭਰਾ ਨੂੰ ਸਿਖਾਉਣ ਨੂੰ ਦੱਸ ਵੀ ਚਵਲਾ 7 ਘਰ ਦੇ ਡੈਡ ਵੀ ਛੱਡ ਦਿੰਦੀ ਹੈ, ਇਹ ਸਾਲਿਆਂ ਨੇ ਵੇਖੋ ਭਾਬੀ ਨੂੰ ਜੱਫਾ ਮਾਰ ਲਿਆ। ਕਿੱਡੇ ਹਰਾਮ ਦੇ ਨੇ, ਤੇ ਆਪਣੇ ਭਰਾ ਨੂੰ ਇਹਨੇ ਕੁਛ ਨਹੀਂ ਕਿਹਾ ਵੀ ਮੈਂ ਉਹਨੂੰ ਸਮਝਾਵਾਂ ਵੀ ਸਾਡੇ ਕਲਚਰ ਦੇ ਵਿੱਚ ਵੱਡੀ ਭਾਬੀ ਮਾਂ ਸਮਾਨ ਹੁੰਦੀ ਹੈ, ਇੱਦਾਂ ਨਹੀਂ ਕਰੀਦਾ। ਪਰ ਨਹੀਂ, ਇਹਨੇ ਆਪਣੇ ਭਰਾ ਨੂੰ ਕੁਛ ਨਹੀਂ ਕਿਹਾ, ਇਹਦੀ ਘਰ ਵਾਲੀ ਨਾਰਾਜ਼ ਹੋ ਕੇ ਆਪਣੇ ਪੇਕਿਆਂ 'ਤੇ ਚੱਲ ਗਈ, ਅਤੇ ਉਹਨੂੰ ਇਹਨੇ ਫਿਰ ਵੀ ਨਹੀਂ ਆਪਣੇ ਭਰਾ ਨੂੰ ਕੁਛ ਕਿਹਾ, ਉਹਨੂੰ ਸਾਲਾ ਆਪਣੀ ਘਰ ਵਾਲੀ ਨੂੰ ਧਮਕੀਆਂ ਦੇ ਰਿਹਾ ਫੋਨ ਲਾ ਕੇ ਵੀ ਵਾਪਸ ਘਰ ਆ ਜਾ, ਸਾਲਿਆ ਕੰਜਰਾਂ ਦੇ ਖਾਨਦਾਨ ਦੀ ਹੈ, ਵਾਪਸ ਆ ਜੇ।
ਤੂੰ ਉਹਨੂੰ ਆਪਣੇ ਭਰਾ ਨੂੰ ਕੁਛ ਕਵੇ ਨਾ, ਉਹ ਵਿਚਾਰੀ ਵਾਪਸ ਆ ਜੇ, ਫਿਰ ਉਹ ਕਿਤੇ ਕਿਚਨ ਚ ਆਟਾ ਗੁੰਦੀ ਹੋਵੇ ਉਹ ਮਾੜੀ ਨਜ਼ਰ ਰੱਖੇ। ਹਾਏ ਭਾਬੀ, ਕਿਤੇ ਗੁਸਲਖਾਨੇ ਚ ਬਾਥਰੂਮ ਚ ਜਾਵੇ ਵਿਚਾਰੀ ਦਿਨ ਰਾਤ, ਫਿਰ ਸਾਲਾ ਮਾੜੀ ਨਿਗਾਹ ਰੱਖੇ। ਇਹ ਤੁਹਾਡੇ ਤੇ ਸਾਲੇ ਮਾੜੇ ਦਿਨ ਪਤਾ ਕਾਹਤੋਂ ਆਉਂਦੇ ਨੇ ਇੱਦਾਂ ਦੇ, ਕਿਉਂਕਿ ਤੁਸੀਂ ਗਰੀਬਾਂ ਦੀ ਬੋਣ ਚ ਬਾਂਹ ਪਾ ਛੱਡਦੇ ਹੋ। ਆ ਢੋਲ ਵਾਲਾ ਵਿਚਾਰਾ ਵੇਖ ਲਾ, ਗਰੀਬ ਆਪਣਾ ਕਮਾਈ ਕਰਨ ਡਿਆ, ਉਹਦੀ ਬੋਣ ਚ ਬਾਂਹ ਪਾ ਰਿਹਾ ਵੇ, ਡਿਸਟਰਬ ਕਰਦਾ ਪਿਆ ਉਹਨੂੰ। ਉਹਨੇ ਪੱਕੀ ਗੱਲ ਇਹਨੂੰ ਸ਼ਰਾਬ ਦਿੱਤਾ ਹੋਣਾ, ਤੇ ਜਾਂਦਾ ਜਾਂਦਾ ਢੋਲ ਵਾਲਾ ਕਹਿ ਗਿਆ ਹੋਣਾ ਇਹਨੂੰ, ਲੈਵਲ ਸਭ ਕੇ ਨਿਕਲੇਂਗੇ ਬਟ ਨਿਕਲੇਂਗੇ ਉਸਕੇ ਜੋ ਖੜਾ ਰਹੇਗਾ ਯਹਾਂ ਪੇ। ਹੁਣ ਵਧੀਆ ਜੀ, ਅਗਲੇ ਮੁੱਦੇ ਵੱਲ। ਲਾਈਕ ਮੈਂ ਬਹੁਤ ਮਿਸ ਕਰਦੀ ਹਾਂ ਵੀ ਜੇ ਮੇਰੇ ਪਾਪਾ ਹੁੰਦੇ ਨਾ, ਸ਼ਾਇਦ ਮੇਰੇ ਫੋਨ ਤੇ ਵੀ ਮੇਰੇ ਪਾਪਾ ਦਾ ਫੋਨ ਆਉਂਦਾ। ਮਾਂ ਦਾ ਤਾਂ ਫੋਨ ਨਹੀਂ ਚੱਕਦੀ, ਪਿਓ ਨੂੰ ਤਾਂ ਬੜੀਆਂ ਵੀਡੀਓ ਕਾਲਾਂ ਕਰਿਆ ਕਰਨੀਆਂ ਸੀ। ਵੀ ਸਟੱਡੀ ਅੱਗੇ ਕੰਟੀਨਿਊ ਨਹੀਂ ਹੋਈ ਬਟ ਪਲੱਸ ਟੂ ਵੀ ਮੈਨੂੰ ਲੱਗਦਾ ਠੀਕ ਹੈ। ਆ ਜੀ ਲੜਾ ਠੀਕ ਹੈ, ਨਾਲੇ ਮਾਤਾ ਨੇ ਤੈਨੂੰ ਪੁਲਿਸ 'ਚ ਭਰਤੀ ਹੁੰਦੀ ਆ, ਕਿਤਾਬਾਂ ਤੇ ਲਿਆ ਕੇ ਦਿੱਤੀਆਂ ਸੀ। ਫਿਰ ਇਹਨੂੰ ਕਾਂਸਟੇਬਲ ਦੀਆਂ ਕਿਤਾਬਾਂ ਲਿਆ ਕੇ ਦਿੱਤੀਆਂ, ਉਹ ਮੇਰੇ ਕਿਤਾਬ ਹੁਣ ਵੀ ਇਸ ਟਾਈਮ ਦੇਖ ਲਿਆ ਜੇ ਮੇਰੇ ਘਰ ਪਈਆਂ ਨੇ। ਉਹ ਮਾਤਾ ਜੀ ਉਹਨੂੰ ਵੇਚ ਕੇ ਚਾਰ ਚੀਨੀ ਦੇ ਭਾਂਡੇ ਲੈ ਲਓ, ਕਿਤਾਬਾਂ 'ਚ ਕਿਸੇ ਕੰਮ ਨਹੀਂ ਆਉਣਾ। ਵੀ ਵੇਖ ਲਓ ਮਾਂ ਨੇ ਪੜਾ ਗਰੀਬੀ ਹੁੰਦਿਆਂ ਸੁੰਦਿਆਂ ਪੜਾਇਆ ਲਿਖਾਇਆ, ਬਾਹਰ ਭੇਜਿਆ ਆਸਟ੍ਰੇਲੀਆ, ਵਿਆਹ ਕੀਤਾ, ਪਰ ਇਹਦੇ ਅੰਦਰ ਪਤਾ ਨਹੀਂ ਕਿਹੜਾ ਛੋਲਾ ਜਿਹੜਾ ਇਹਨੂੰ ਟੇਕ ਕੇ ਬਹਿ ਨਹੀਂ ਦਿੰਦਾ। ਪਤਾ ਨਹੀਂ ਛੋਲਾ ਕਿ ਕੀੜਾ ਮਾਲੀ ਵੱਲ ਭੱਜਦੀ ਹੈ। ਕੀ ਗੱਲ, ਪਿੰਡ ਦਾ ਪਾਣੀ ਤੇਰੇ ਚਿਤੜਾ ਤੇ ਲੜਦਾ? ਪਾਣੀ ਐਡਾ ਗੰਦਾ ਹੋ ਗਿਆ ਜਿਹੜਾ ਇੱਕਰਾ ਬੁੰਡ ਵੀ ਧੋ ਲੈਂਦਾ, ਉਹਨੂੰ ਖੁਰਕਦਾ ਖੁਰਕ ਮੂਧਾ ਸੌਂਦਾ ਰਾਤ ਨੂੰ, ਉਹ ਭੈਣੀ ਜਾਊਗਾ। ਠੀਕ ਠੀਕ ਸਰਪੰਚ ਸਾਹਿਬ, ਮੈਂ ਸਮਝ ਗਿਆ ਕਿਉਂ ਨੀ ਰਹਿ ਰਹੀ ਪਿੰਡ ਖੋਤੇ ਦੀ ਬੱਚੀ। ਵੈਸੇ ਮਾਤਾ ਜੀ ਆਪਸ ਦੀ ਗੱਲ ਇਹ, ਚੰਡੀਗੜ੍ਹ ਕਰਦੀ ਕੀ ਹੈ? ਬਾਹਰ ਤੂੰ ਚੰਡੀਗੜ੍ਹ ਰਹਿੰਦੀ, ਤੂੰ ਕਹਿੰਦੀ ਮੈਂ ਮਾਡਲਿੰਗ ਕਰਨੀ ਹੈ। ਮਾਡਲਿੰਗ ਨੂੰ ਇਹ ਬੜਾ ਉਰਫੀ ਜਵੇਦ ਹੈ, ਮਾਤਾ ਜੀ ਝੂਠ ਬੋਲਦੀ ਤੁਹਾਨੂੰ, ਇਹਨੂੰ ਇਹ ਮਾਡਲਿੰਗ ਕਹਿੰਦੀ ਹੈ। ਇਹਨੂੰ ਕਹਿੰਦੇ ਨੇ ਵਾਰਾ ਗਰਦੀ, ਮਾਡਲਿੰਗ ਹੁੰਦੀ ਹੈ ਬੰਦ ਕਮਰੇ 'ਚ, ਉਹ ਵੀ ਕੈਟਵਾਕ ਹੁੰਦੀ ਹੈ। ਇਹਨੇ ਪਤਾ ਨਹੀਂ ਕਿਹੜਾ ਸ਼ੂਗਰ ਡੈਡੀ ਬਣਾਇਆ, ਉਹਨੂੰ ਠੱਗਿਆ ਵੇ। ਇਹ ਵੇਖੋ ਬਗਾਨੀਆਂ ਗੱਡੀਆਂ ਦੇ ਵਿੱਚ ਆਕੜ ਮਾਰ ਰਹੀ ਸ਼ੋਫ ਲੋ, ਉਹ ਚਿੱਤੜ ਨਾ ਸੜਾ ਕੇ ਬਹਿ ਜੀ ਅੱਗੇ ਤੇਰੇ ਇੰਨੇ ਕੁ ਚਿੱਤੜ ਨੇ। ਮਾਂ ਤੇਰੀ ਵਿਚਾਰੀ ਪਿੰਡ ਦਿਹਾੜੀਆਂ ਲਾਉਣ ਡਈ ਤੇ ਇੱਥੇ ਮਾਡਲਿੰਗ ਕਰਦੀ ਪਈ ਹੈ। ਨਹੀਂ ਅਸੀਂ ਬਸ ਬੈਠਾ ਵੀ, ਅਸੀਂ ਦਿਹਾੜੀ ਓ ਕਰਨੇ ਆ। ਤੁਸੀਂ ਦਿਹਾੜੀ ਕਰਦੇ ਹੋ? ਦਿਹਾੜੀ ਕਰਨੇ ਆ ਬਸ ਅਸੀਂ। ਮਾਂ ਤਾਂ ਕੰਮ ਕਰਦੀ ਸਬਜ਼ੀਆਂ ਪੈਕ ਕਰਨ ਦਾ, ਤੇ ਰਿਪੋਰਟਰ ਨੇ ਜਦੋਂ ਇਹਦੇ ਕੋਈ ਸਵਾਲ ਪੁੱਛਿਆ ਇਸ ਗਛਤੋੜ ਕੋਲੋਂ ਵੀ ਤੇਰੀ ਮਾਤਾ ਕੰਮ ਕੀ ਕਰਦੀ, ਤੇ ਕਹਿੰਦੀ ਮਾਂ ਵੀ ਕੰਮ ਕਰਦੇ ਸੀ। ਆ ਨਹੀਂ ਮਮਾ ਮੇਰੀ ਹਾਊਸ ਵਾਈਫ ਨੇ। ਸੱਚ ਬੋਲਣ ਲੱਗਿਆ ਕੀ ਬੋਲਦੀ ਬੋਲਦੀ ਡਿੱਗ ਜਾਂਦੀ ਹੈ ਜਾਂ ਥੱਥੀ ਹੈ? ਆਂਟੀ ਹੋਰਾਂ ਨੇ ਇਸ ਇੰਟਰਵਿਊ ਜਾ ਕੇ ਸਹੀ ਸੱਚ ਬੋਲਿਆ ਵੀ ਅਸੀਂ ਕੋਈ ਲੈਂਡ ਲੋਡ ਬੰਦੇ ਨਹੀਂ ਆਏ, ਦਿਹਾੜੀ ਦੱਪਾ ਕਰਕੇ ਖਾਈਦਾ ਤੇ ਉਹਦੇ ਨਾਲ ਗੁਜ਼ਾਰਾ ਚੱਲਦਾ। ਤੇ ਇਹਨੇ ਆਪਣੀ ਮਾਂ ਨੂੰ ਝੂਠਿਆ ਪਾਉਣ ਵਾਸਤੇ ਇੱਕ ਹੋਰ ਇੰਟਰਵਿਊ ਕੀਤੀ ਤੇ ਆ ਕੇ ਕਹਿੰਦੀ ਉਹਨਾਂ ਦੀ ਮੈਡੀਸਨ ਚੱਲਦੀ, ਉਹਨਾਂ ਦਾ ਦਿਮਾਗ ਖੋਖਲਾ ਹੋਇਆ ਪਿਆ। ਆ ਤੇਰੇ ਦਿਮਾਗ ਦੀਆਂ ਤੇ ਕਿਆ ਕਾਢਾਂ ਨੇ, ਆ ਪੱਖੇ ਦੀ ਹਵਾ ਜਿਹੜੀ ਅਸੀਂ ਲੈ ਰਹੇ ਅੱਜ ਇੰਨੀ ਬਣੇ ਤੇ ਜਿਹੜਾ ਤੁਸੀਂ ਹੁਣ ਮੈਨੂੰ ਵੇਖ ਰਹੇ ਹੋ ਯੂਟਿਊਬ ਤੇ, ਇਹ ਯੂਟਿਊਬ ਵੀ ਇੰਨੇ ਬਣਾਈ ਹੈ। ਮਾਂ ਤੇਰੇ ਦਾ ਦਿਮਾਗ ਖੋਖਲਾ, ਮੈਨੂੰ ਲੱਗਦਾ ਤੇਰੀ ਬੁੰਡ ਖੋਖਲੀ ਹੈ। ਭਰਾ ਦਾ ਕਤਲ ਹੋ ਗਿਆ ਹੋਵੇ, ਕਿਸੇ ਨੇ ਮਾਰ ਦਿੱਤਾ ਹੋਵੇ, ਤੁਹਾਨੂੰ ਐਕਸੀਡੈਂਟ ਦੱਸਦੀ ਹੋਵੇ, ਇਸ ਤੋਂ ਵੱਡੀ ਬੇਸ਼ਰਮ ਔਰਤ ਕਿੱਥੋਂ ਲੱਭਣੀ? ਆ ਵੇਖੋ ਬ੍ਰਦਰ ਦੀ ਡੈਥ ਕਿਵੇਂ ਹੋਈ ਸੀ। ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ, ਉਹਨਾਂ ਦੇ ਸਿਰ 'ਚ ਸੱਟ ਲੱਗ ਗਈ ਸੀ। ਮੈਨੂੰ ਤੇ ਲੱਗਦਾ ਤੇਰੀ ਬੁੰਡ 'ਚ ਵੀ ਸੱਟ ਲੱਗ ਗਈ ਸੀ। ਕਿਉਂ ਆਪਣੀ ਮਾਂ ਦੀ ਕੀਤੀ ਕਰਾਈ ਖੂਹ 'ਚ ਪਾਣੀ ਹੈ? ਜੱਜ ਨੇ ਉਹਨਾਂ ਨੂੰ ਕੋਰਟ 'ਚ ਨਹੀਂ ਵੜਨ ਦੇਣਾ, ਕਹਿੰਦਾ ਮਾਤਾ ਤੂੰ ਤੇ ਕਹਿੰਦੀ ਤੇਰੇ ਮੁੰਡੇ ਦਾ ਕਤਲ ਹੋਇਆ, ਆ ਤੇਰੀ ਕੁੜੀ ਇੰਟਰਵਿਊ 'ਚ ਕਹਿਣ ਡਈ ਉਹਦਾ ਐਕਸੀਡੈਂਟ ਹੋਇਆ, ਤੁਸੀਂ ਝੂਠ ਬੋਲਦੇ, ਅਦਾਲਤ ਦਾ ਸਮਾਂ ਖਰਾਬ ਕਰਦੇ। ਚਲੋ ਨਿਕਲੋ ਨਿਕਲੋ, ਨਹੀਂ ਸੱਚੇ ਨੂੰ ਜੇਲ੍ਹ 'ਚ ਪਾਓ ਝੂਠੀ ਦਵਾਈ ਦੇਣ ਦੇ ਚੱਕਰਾਂ 'ਚ। ਉਹ ਨਾ ਉਸ ਬਜ਼ੁਰਗ ਦੇ ਸੁਮਰੇ ਪੂੜੇ ਕਟਾ, ਮੈਂ ਤੂੰ ਡੰਗਰ ਹੈ ਯਾਰ ਇਹ, ਨਾਲੇ ਮੈਂ ਇਹਦਾ ਕਸੂਰ ਨਹੀਂ ਕੱਢਦਾ, ਕਸੂਰ ਹੈ ਇਹਦਾ ਜਿਹੜੀ ਇੰਟਰਵਿਊ ਲੈਣ ਚੱਲ ਗਈ। ਤੂੰ ਤੂੰ ਕਿਉਂ ਇੰਟਰਵਿਊ ਲੈਣ ਗਈ, ਮੈਨੂੰ ਪਹਿਲਾਂ ਤੂੰ ਦੱਸ। ਹਾਂ ਸਿੰਗਰ ਹੈ, ਐਕਟਰ ਹੈ, ਖਿਡਾਰੀ ਹੈ, ਪੋਲੀਟੀਸ਼ੀਅਨ ਹੈ, ਫੌਜੀ ਹੈ, ਤੇਰੀ ਮਾਂ ਦੀ ਹੈ ਕੀ ਹੈ ਜਿਹਦੀ ਤੂੰ ਇੰਟਰਵਿਊ ਲੈਣ ਚੱਲ ਗਈ ਹੈ? ਮੈਨੂੰ ਪਤਾ ਹੈ ਸਿਰਫ ਇੱਕ ਬੰਦੇ ਦੀ ਤੂੰ ਅੱਜ ਤੱਕ ਤੂੰ ਆਪਣੀ ਜ਼ਿੰਦਗੀ 'ਚ ਇੰਟਰਵਿਊ ਚੰਗੀ ਲਿੱਤੀ ਹੈ, ਤਰਨ ਸ਼ਰਮਾ ਦੀ, ਹੋਰ ਕਿਸੇ ਦੇ ਨਹੀਂ, ਸਾਰਿਆਂ ਨਾਲ ਤੂੰ ਘੂਸੀਆਂ ਹੀ ਭੋ ਰਹੀ ਹੈ। ਜਦੋਂ ਕੁਛ ਅੱਜ ਦਾ ਬੰਦਾ ਨਾ ਲੈ ਕੇ ਆਓ, ਹੁਣ ਇਹਨੂੰ ਲੈ ਕੇ ਆਈ ਮੁੰਡੇ ਨੂੰ, ਤਰਨ ਨੂੰ, ਹੁਣ ਇਹਦੇ ਕੋਲ ਕਿੰਨਾ ਕੁਛ ਸਵਾਲ ਪੁੱਛਣ ਨੂੰ, ਕਿੰਨੇ ਵਜੇ ਉੱਠਦੇ, ਕਿਹੜਾ ਕੰਮ ਕਰਦੇ, ਕਿੰਨੇ ਸਪੋਰਟ ਨਹੀਂ ਕੀਤੀ, ਕਿਹੜੇ
ਕਿਹੜੇ ਦੇਸ਼ਾਂ 'ਚ ਤੁਸੀਂ ਅੱਜ ਤੱਕ ਖੇਡਣਗੇ, ਕਿੱਥੋਂ ਕਿੱਥੋਂ ਮੈਡਲ ਜਿੱਤੇ, ਬੜਾ ਕੁਛ ਹੈ। ਹੁਣ ਜਦੋਂ ਤੁਸੀਂ ਇੱਦਾਂ ਦੀ ਚਵਲਾ ਮੰਗਾਓ ਜਿਨ੍ਹਾਂ ਦੀ ਜ਼ਿੰਦਗੀ ਅੱਜ ਤੱਕ ਸ਼ੁਰੂ ਹੀ ਨਹੀਂ ਹੋਈ, ਤਾਂ ਕੀ ਸਵਾਲ ਪੁੱਛੋਗੇ? ਇਹੀ ਪੁੱਛੋਗੇ ਨਾ ਪਹਿਲਾਂ ਕਰਸ਼ ਕਿਹੜਾ ਸੀ, ਬੁਆਏਫ੍ਰੈਂਡ ਰੱਖਦਾ ਟੁੱਟੀ, ਅੱਛਾ ਨਾ ਪਹਿਲਾਂ ਗਿਫਟ ਕੜੀ ਕੜੀ ਦਿੱਤਾ। ਇਹ ਤਾਂ ਕੁਛ ਸਮਝ ਕੇ ਪਰੇ ਹੈ, ਬਿਲਕੁਲ ਹੀ ਸਮਝ ਕੇ ਪਰੇ ਹੈ। ਮਤਲਬ ਇੰਨੀ ਰੋਕ ਟੋਕ ਜੀ ਕੀਤੀ ਨੀ ਹੈਗੀ ਕਿਸੇ ਨੇ, ਤੇ ਨਾ ਹੀ ਮਤਲਬ ਐਵੇਂ ਮੈਨੂੰ ਕਿਹਾ ਕਿਸੇ ਨੇ। ਦਰਅਸਲ ਤੇਰੇ ਪਿੱਛੇ ਕੋਈ ਡੰਡਾ ਦੇਣ ਵਾਲਾ ਨੀ ਸੀ ਨਾ, ਯਾਰ ਏਦਾਂ ਕੋਈ ਕਪਲ ਨੂੰ ਮਾਰਦਾ, ਇੰਨੇ ਇੱਕ ਕਪਲ ਨੂੰ ਸਲੂਨ ਦੇ ਅੰਦਰ ਵੜ ਕੇ ਧੋਤਾ ਗਨ ਪੁਆਇੰਟ ਤੇ ਰੱਖ ਕੇ, ਤੇ ਕਿਹਦੇ ਪਿੱਛੇ? ਫੋਲੋਵਰਾਂ ਪਿੱਛੇ। ਉਹਦੇ ਤੋਂ 20-25,000 ਫੋਲੋਵਰ ਰਿਮੂਵ ਕੀਤੇ ਗਏ। ਭੈਣ ਬਣਾਈ ਸੀ, ਹਾਂਜੀ, ਉਹਨੇ ਇਹ ਤੁਹਾਡੇ ਨਾਲ ਕੀਤਾ, ਉਹਨੇ ਇਦਾਂ ਕੀਤਾ। ਮੈਂ ਫਿਰ ਤੇ ਅਫਸੋਸ ਕਰਨਾ ਬਣਦਾ, ਮੈਨੂੰ ਐਡਰੈਸ ਦੱਸੋ, ਮੈਂ ਮੋੜ ਵੀ ਮਕਾਨ ਲੈ ਗਿਆ ਵਾ। ਭੈਣ 14-25,000 ਫੋਲੋਵਰ ਹੀ ਸੀ, ਸਾਲਿਓ ਅਗਲੀ ਵੀਡੀਓ ਪਾਓ ਫਿਰ ਫੋਲੋਵਰ ਗੇਨ ਕਰ ਲਓ, ਪਰ ਜਦੋਂ ਟੈਲੈਂਟ ਨਹੀਂ ਹੈ ਫੋਲੋਵਰ ਕੀ ਚੱਟਣਾ, ਇਹਨੂੰ ਕੀ ਵੇਖਣਾ। ਅਗਲੀ ਨੇ ਬੜੀ ਮੁਸ਼ਕਲ ਚਿੱਤੜ ਦਿਖਾ ਦਿਖਾ ਕੇ ਤੇ ਫੋਲੋਵਰ ਇਕੱਠੇ ਕੀਤੇ ਨੇ, ਉਹ ਇੱਕ ਸਕਿੰਟ ਲਾਇਆ ਉਹਨੇ, ਅਨਫੋਲੋ ਕਰ ਗਈ 20-25,000 ਫੋਲੋਵਰ। ਇੱਥੇ ਕੋਈ ਟੈਲੈਂਟ ਵਾਲਾ ਬੰਦਾ ਹੁੰਦਾ ਜਿਹਦੇ 'ਚ ਟੈਲੈਂਟ ਹੁੰਦਾ, ਕੀ ਉਹਨੂੰ ਇਹ ਟੈਨਸ਼ਨ ਹੋਣੀ ਸੀ? ਉਹਨੇ ਕਹਿਣਾ ਤਾਂ ਵੀ ਚਲਾ ਭਾਵੇਂ ਮੈਨੂੰ ਸਾਰੇ ਅਨਫੋਲੋ ਕਰ ਜਾਣਾ, ਮੈਂ ਅਗਲੀ ਵੀਡੀਓ ਪਾਵਾਂਗਾ, ਮੈਨੂੰ ਫਿਰ ਫੋਲੋਵਰ ਆ ਜਾਣੇ। ਪਰ ਜਦੋਂ ਟੈਲੈਂਟ ਹੀ ਨਹੀਂ ਹੈ ਇੱਦਾਂ ਹੀ ਰੋਣਾ, ਨਾਲੇ ਉਹ ਕਪਲ ਨੂੰ ਵੀ ਮੈਂ ਕਿਹੜਾ ਚਾਹੁੰਦਾ। ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ, ਕੋਈ ਹੋਰ ਕੰਮ ਸਿੱਖ ਲਓ, ਕੋਈ ਬਿਲਡਿੰਗ ਦਾ ਸਿੱਖ ਲਓ। ਵਧੀਆ ਜੀ, ਅਗਲੇ ਟੋਪਿਕ ਆ ਲੈ। ਸਾਰੇ ਜਾਣਦੇ ਹੁਣੇ, ਚੱਲ ਜਾਣਦੇ ਆ, ਠੀਕ ਹੈ, ਪਤਾ ਸਾਨੂੰ ਇਹ ਦਿਨਾਂ 'ਚ ਕੰਟਰੋਵਰਸੀ ਚੱਲਦੀ ਵੀ। ਹਾਂ ਦੱਸੋ ਫਿਰ ਕੀ ਹੈ? ਨਹੀਂ ਤੁਹਾਡਾ ਬੇਟਾ ਨਾ ਮੋਹ ਨਹੀਂ ਸੀਗਾ, ਫਿਰ ਕਦੇ ਇਹ ਨਹੀਂ ਕਰਿਆ ਵੀ ਬੇਟੇ ਨੂੰ ਮੈਂ ਲਿਆਵਾਂ? ਜਦੋਂ ਆਪਣਾ ਉਹ ਪਾਸਟ ਹੈ ਹੀ ਨਹੀਂ, ਆਪਾਂ ਉਸ ਲਾਈਨ ਦੇ ਵਿੱਚ ਜਾਣਾ ਨਹੀਂ ਹੈਗਾ। ਜਿਹਨੂੰ ਜਾਣਦੇ ਨੂੰ 4 ਦਿਨ ਹੋਏ ਨੇ, ਉਹਦੇ ਪਿੱਛੇ ਲੜਾਈਆਂ ਲੜੀਆਂ ਜਾ ਰਹੀਆਂ ਨੇ। ਜਿਹੜਾ ਢਿੱਡੂ ਜੰਮਿਆ ਕਹਿੰਦੀ ਉਹ ਇੰਪੋਰਟੈਂਟ ਨਹੀਂ ਆ, ਉਹਦੇ ਮੇਰਾ ਪਾਸਟ ਸੀ ਪਤਾ ਨਾ, ਜਿਹਨੇ ਸ਼ਾਮਾਂ ਨੂੰ ਸ਼ਰਾਬ ਪੀ ਕੇ ਮੇਰੇ ਗੁੱਲਾ ਫੇਰਨਾ, ਉਹ ਇੰਪੋਰਟੈਂਟ ਹੈ। ਬੱਚੇ ਇਜ਼ ਨੋਟ ਇੰਪੋਰਟੈਂਟ, ਸਨ ਇਜ਼ ਇੰਪੋਰਟੈਂਟ। ਡੋਡਾ ਵੀਡੀਓ ਡਿਲੀਟ, ਵੀਡੀਓ ਡਿਲੀਟ ਚਾਹੀਏ 15 ਨਵੰਬਰ ਤੱਕ। ਤੁਸੀਂ ਤੇ ਦੀਦੀ ਜੀ ਸਾਨੂੰ ਡਰਾਉਂਦੇ ਰਹਿੰਦੇ, ਪਹਿਲਾਂ ਉਹਦੇ ਕੋਲ ਵੀਡੀਓ ਡਿਲੀਟ ਕਰਾਓ ਜਿਹਨੇ ਚਲਦੀ ਇੰਟਰਵਿਊ 'ਚ ਤੁਹਾਡੀ ਬੇਇੱਜ਼ਤੀ ਕੀਤੀ। ਮਨਜੀਤ ਜੀ ਆ ਕੇ ਬੈਠੇ ਨੇ ਸਟੂਡੀਓ ਦੇ ਵਿੱਚ, ਇੰਟਰਵਿਊ ਚੱਲ ਰਿਹਾ। ਦਫਾ ਕਰ, ਹੋਰ ਕਿਤੇ ਵਿਆਹ ਕਰਾ ਲਈ, ਬਥੇਰੀ ਉਮਰ ਪਈ ਅਜੇ ਤੱਕ ਜਵਾਨ ਹੈ। ਪਤਾ ਨੀ ਉਹਨੇ ਕਿਹੜਾ ਇਹਦੇ ਅੰਦਰ ਗੁੱਲਾ ਐਸਾ ਫੇਰਿਆ ਜਿਹੜਾ ਇਹਨੂੰ ਪਿਆਰ ਹੋ ਗਿਆ। ਉਹ ਵੀ ਭੀਮ ਖਾ ਕੇ ਚੜ੍ਹਦਾ ਹੋਣਾ, ਭੈਣ ਡੇਢ ਘੰਟਾ ਉਤਰਦਾ ਨੀ ਹੋਣਾ। ਇਹਨੂੰ ਲੱਗਾ ਹੋਣਾ ਬੜਾ ਮੁੰਡਾ ਭੈਣ ਜੀ ਧੁਨੀ ਤੱਕ ਪਹੁੰਚਾਉਂਦਾ, ਮੈਂ ਤੈਨੂੰ ਛੱਡਣਾ ਨਹੀਂ। ਉਹ ਨਸ਼ੇ ਦਾ ਕਮਾਲ ਹੈ ਸਾਰਾ, 6 ਮਹੀਨੇ ਹੋਰ ਖਾ ਗਿਆ ਇਹਦਾ, ਮੁੜ ਕੇ ਖੜਾ ਨਹੀਂ ਹੋਇਆ ਕਰਨਾ ਸੋਦਾ। ਕਿਸੇ ਨੂੰ ਵੀ ਬੰਬੇ ਦੇ ਵਿੱਚ ਨਾ ਗਸ਼ਤੀ ਦੀ ਲੋੜ ਆ ਨਾ, ਸਿਰੇ ਦੀ ਗਸ਼ਤੀ, ਤੇ ਉਹ ਇਹਨੂੰ ਸੰਪਰਕ ਕਰਨਾ। ਸਾਰਾ ਤੂੰ 1.5 ਸਾਲ ਦੇ ਵਿੱਚ ਰਹਿ ਕੇ ਜਨਾਨੀ ਬਣਾ ਕੇ ਗੱਲ ਕਿਵੇਂ ਖਤਮ ਕਰਦਾ? ਭੈਣ ਬਣਿਆ ਫੋਨ ਨਾ ਕਰ। ਜਿੰਨੀ ਕੁ ਤੂੰ ਬੁੰਡ ਲੈਣੀ ਕਰਦੀ, ਬੰਦਾ ਹਾਰ ਕੇ ਕਹਿ ਹੀ ਦਿੰਦਾ ਉਹ ਭੈਣ ਬਣ ਕੇ ਫੋਨ ਨਾ ਕਰ। ਇਹ ਇੱਕ ਵਾਰੀ ਫੋਨ ਲਾਉਣਾ ਸਟਾਰਟ ਕਰਦੀ ਹੋਣੀ, ਮੁੜ ਕੇ ਟਰੋਂ ਟਰੋਂ ਲਾਈ ਜਾਂਦੀ ਹੋਣੀ, ਕਿੱਥੇ ਵੇ ਕਿਹਦੇ ਨਾਲ, ਫੋਟੋ ਭੇਜ, ਲੋਕੇਸ਼ਨ ਭੇਜ, ਬੰਦਾ ਹਾਰ ਕੇ ਕਹਿ ਹੀ ਦਿੰਦਾ ਭੈਣ ਬਣ ਕੇ ਜਾਨ ਨਾ ਖਾ ਮਕਰਦਾ ਫੋਨ, ਉਹ ਨਿਕਲ ਜਾਂਦਾ। ਯਾਰ ਤੁਸੀਂ 1.5 ਮਹੀਨਾ ਹੋ ਗਿਆ ਕੁੜੀ ਨੂੰ ਜਾਣਦੇ ਨੂੰ, ਇਹਨੇ ਪੰਜਾਬ ਦੇ ਪੱਤਰਕਾਰਾਂ ਦੀ ਬੁੰਡ ਲੈਣੀ ਕਰਤੀ, ਸੁੱਖ ਰਤੀ ਇਹਦੀ ਨਾ ਕੀਤੀ ਹੋਏਗੀ। ਉਹਨੂੰ ਅਸੀਂ ਘੂਸੇ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਹੇ, ਉਹਨੇ ਵੀ ਇਹਦੇ ਨਾਲ ਧੋਖਾ ਕੀਤਾ। ਪਰ ਇਹਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਵੀ ਇੱਕ ਬੰਦਾ ਬੁੰਡ ਮਾਰ ਗਿਆ, ਮਾਰ ਗਿਆ, ਮੂਵ ਔਨ। ਯਾਰ ਆਪਣੀ ਜ਼ਿੰਦਗੀ ਬੜੀ ਲੰਮੀ ਪਈ ਹੈ, ਅੱਗੇ ਨਿਕਲ। ਪਰ ਨਹੀਂ, ਇਹਨੇ ਅਤੇ ਪੰਜਾਬ ਦਾ ਜੀਣਾ ਹਰਾਮ ਕੀਤਾ ਯਾਰ।
ਕੀ ਤੇਰੇ ਅੰਦਰ ਇੰਨੀ ਗਰਮੀ ਹੈ? ਐਮਾਜ਼ੋਨ ਤੋਂ ਮਿਲਦਾ ਪਲਾਸਟਿਕ ਦਾ ਵਾਈਬ੍ਰੇਸ਼ਨ ਵਾਲਾ, ਉਹ ਮੰਗਾ ਲਾ, ਨਾਲੇ ਧੋਖਾ ਨਹੀਂ ਦੇਗਾ, ਨਾਲੇ ਲੱਗੀ ਰਹੀ। ਆਤਮ ਨਿਰਭਰ ਭਾਰਤ, ਨਾਲੇ ਇੰਡੀਆ ਦੀ ਇਕੋਨਮੀ ਅੱਗੇ ਜਾਏਗੀ, ਆਪਣੀਆਂ ਚੀਜ਼ਾਂ ਨੂੰ ਬੜਾਵਾ ਦੇਣਾ ਚਾਹੀਦਾ। ਹਾਂਜੀ, ਆਪਣੇ 'ਤੇ ਨਿਰਭਰ ਹੋਣਾ ਚਾਹੀਦਾ। ਅਤੇ ਮੁੰਡੇ ਫੁੜਾ ਦੀਆਂ ਲੱਤਾਂ, ਬੜੇ ਦਿਨ ਹੋ ਗਏ ਨੇ ਗੰਦ ਪਾਇਆ, ਭੈਣ ਚੋਦ ਲਾਈ ਵੀ ਯਾਰ, ਦੂਜੇ ਕੁ ਦਿਨ ਬਾਅਦ ਲਾਈ ਵਾ ਜਾਂਦੀ, ਗਾਲਾਂ ਕੱਢਦੀ ਕਦੀ ਸੁੱਖ ਦੇ ਘਰਦਿਆਂ ਨੂੰ, ਕਦੀ ਉਹਦੀ ਮਸ਼ੂਕ ਨੂੰ, ਭੈਣ ਚੋਦ ਫੜੋ ਲੱਤਾਂ ਭੱਜ ਖਿਸਕਦੀ ਫਿਰਦੀ ਭੱਜਦੀ ਭੱਜ ਫੜਤ ਚੋਦ, ਗੰਦ ਪਾਇਆ ਯਾਰ। ਉਹ ਠੀਕ ਹੈ ਤਰਨ ਧੋਖਾ ਹੋਇਆ, ਮੈਨੂੰ ਪਤਾ ਯਾਰ ਗਲਤੀ ਉਹਦੀ ਹੈ, ਮੈਨੂੰ ਪਤਾ ਹੈ ਉਹਨੇ ਸਵਾਦ ਲੈਣ ਵਾਸਤੇ ਪਹਿਲਾਂ ਕਹਿਤਾ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ, ਉਹ ਭੈਣ ਚੋਦ ਸਵਾਦ ਲੈਂਦਾ ਰਿਹਾ, ਉਹਨੂੰ ਪਤਾ ਹੈ ਹੁਣ ਯਾਰ। ਉਹ ਜਦੋਂ ਦਿੰਦੀ ਵੀ ਸੀ ਤੈਨੂੰ ਫਰੈਂਡ ਬਣ ਕੇ, ਤਾਂ ਕਿਉਂ ਤੂੰ ਸਾਲਿਆ ਉਹਨੂੰ ਲਾਰੇ ਲਾਉਣ ਡਿਆ ਵੀ ਨਹੀਂ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ? ਲਓ ਆਰਾਮ ਨਾਲ, ਉਹ ਫਰੈਂਡ ਬਣ ਕੇ ਬੜਾ ਸੋਹਣਾ ਦੇਣ ਡੀ ਇਹਨੂੰ, ਇਹਨੂੰ ਪਤਾ ਨਹੀਂ ਕਿਹੜਾ ਚਾਅ ਚੜਿਆ, ਨਹੀਂ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ। ਚਲੋ ਛੱਡ ਮਾਹੌਲ ਗਮ, ਫਿਰ ਨਿਕਲਦੀ ਵੀ ਫਟ ਫਟ ਰੋਂਦੀ ਹੁਣ ਸਾਡੇ ਸਟੂਡੀਓ 'ਚ ਮਾਹੌਲ ਗਮਗੀਨ ਹੋ ਗਿਆ, ਕਹਿੰਦੀ ਮੈਂ ਨਹੀਂ ਆਈ ਤੂੰ ਬਾਅਦ ਲਾਈ ਬਣਦੀ, ਅਤੇ ਚਲੋ ਇਹਨੂੰ ਅਸੀਂ ਚੁੱਪ ਚੁੱਪ ਕਰਾਉਂਦੇ ਹਾਂ, ਤੁਸੀਂ ਜਾਂਦੇ ਜਾਂਦੇ ਗਾਣਾ ਜ਼ਰੂਰ ਸੁਣ ਕੇ ਜਾਇਓ। ਹਾਂਜੀ, ਰੁਕਾਵਟ ਕੇ ਲਈ ਖੇਦ ਹੈ। ਮੈਂ ਸਾਰੇ ਪਾਸੇ ਪੁੱਛਿਆ ਮੋਦੀ ਜੀ, ਉਹ ਕਹਿੰਦੇ ਤੁਹਾਡਾ ਵਿਆਰ ਬਹੁਤ ਗੰਦਾ, ਤੁਸੀਂ ਪੈਸੇ ਨਹੀਂ ਦਿੰਦੇ, ਕਿਸੇ ਸਿੰਗਰ ਨੇ ਨਹੀਂ ਆਉਣਾ।